ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹਾਂ, ਪਰੇਸ਼ਾਨ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਦੇ ਇਹਨਾਂ ਦੁੱਖ ਪਰੇਸ਼ਾਨੀਆਂ ਤੋਂ ਖਹਿੜਾ ਛਡਾਉਣ ਦੇ ਲਈ ਸਭ ਕੁਝ ਕਰਕੇ ਦੇਖ ਲਿਆ, ਪਰ ਫੇਰ ਵੀ ਸਾਡੀ ਜ਼ਿੰਦਗੀ ਦੇ ਇਹ ਦੁੱਖ ਦੂਰ ਨਹੀਂ ਹੋਏ, ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਮਿਲਿਆ, ਹੁਣ ਤਾਂ ਹਾਰ ਚੁੱਕੇ ਹਾਂ। ਤਾਂ ਉਹਨਾਂ ਭੈਣ ਭਰਾਵਾਂ ਦੀ ਅੱਗੇ ਬੇਨਤੀ ਆ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇਹ ਦੋ ਪੰਕਤੀਆਂ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰਬਾਣੀ ਦੀਆਂ ਇਹ ਦੋ ਪੰਕਤੀਆਂ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰਨਗੀਆਂ। ਗੁਰਬਾਣੀ ਦੀਆਂ ਇਹ ਦੋ ਪੰਕਤੀਆਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਹੋਣ ਦਾ ਰਾਹ ਦੱਸਦੀਆਂ ਨੇ। ਤਾਂ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ, ਸਮਝਣਾ ਅਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੁਸੀਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ। ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਜੀ, ਲੋਕ ਪਾਠ ਪੂਜਾ ਕਰਦੇ ਨੇ, ਦਾਨ ਪੁੰਨ ਕਰਦੇ ਨੇ ਅਤੇ ਬਦਲੇ ਦੇ ਵਿੱਚ ਕੀ ਚਾਹੀਦਾ ਹੈ? ਸੁੱਖ। ਆਪਾਂ ਵਾਹਿਗੁਰੂ ਜੀ ਤੋਂ ਸੁੱਖ ਮੰਗਦੇ ਹਾਂ, ਪਰ ਇੰਨਾ ਪਾਠ ਪੂਜਾ ਕਰਨ ਦੇ ਬਾਵਜੂਦ, ਦਾਨ ਪੁੰਨ ਕਰਨ ਦੇ ਬਾਵਜੂਦ ਸੁੱਖ ਸਾਨੂੰ ਮਿਲਦੇ ਕਿਉਂ ਨਹੀਂ? ਮਿਲਦੇ ਸਾਨੂੰ ਦੁੱਖ ਆ। ਤਾਂ ਕਈ ਵਾਰ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਨਾ ਵੀ ਸਾਡੇ ਕੋਲੋਂ ਕਿੱਥੇ ਗਲਤੀ ਹੋ ਗਈ, ਅਸੀਂ ਤਾਂ ਵਾਹਿਗੁਰੂ ਜੀ ਤੋਂ ਸੁੱਖ ਮੰਗਿਆ ਸੀ ਪਰ ਮਿਲਿਆ ਸਾਨੂੰ ਦੁੱਖ। ਤਾਂ ਇਸ ਸਵਾਲ ਦੇ ਜਵਾਬ ਦੇ ਵਿੱਚ ਵਾਹਿਗੁਰੂ ਜੀ ਹੀ ਸਾਨੂੰ ਸਮਝਾ ਰਹੇ ਨੇ। ਵਾਹਿਗੁਰੂ ਜੀ ਸਾਨੂੰ ਦੱਸਦੇ ਨੇ ਕਿ ਪੁੱਤਰ ਧੀਏ, ਤੈਨੂੰ ਮੈਂ ਸਾਫ਼ ਸਪਸ਼ਟ ਸਮਝਾਇਆ ਹੈ ਕਿ ਤੈਨੂੰ ਤੇਰੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਹੈ। ਜੋ ਕਰਮ ਅੱਜ ਅਸੀਂ ਬੀਜ ਦਿੱਤੇ ਉਹੀ ਫਲ ਸਾਨੂੰ ਵੱਢਣਾ ਪੈਣਾ ਹੈ। ਜਿਵੇਂ ਕਿਸਾਨ ਧਰਤੀ ਦੇ ਵਿੱਚ ਇੱਕ ਬੀਜ ਬੀਜਦਾ ਹੈ ਅਤੇ ਉਹ ਬੀਜੇ ਹੋਏ ਬੀਜ ਤੋਂ ਉਹਨੂੰ ਕਈ ਗੁਣਾ ਫਲ ਮਿਲਦਾ ਹੈ ਨਾ, ਉਸੇ ਹੀ ਤਰ੍ਹਾਂ ਸਾਡੇ ਕਰਮ ਨੇ। ਅਸੀਂ ਜੋ ਵੀ ਚੰਗੇ ਮਾੜੇ ਕਰਮ ਕਮਾਉਂਦੇ ਹਾਂ ਉਹਨਾਂ ਦਾ ਹੀ ਫਲ ਸਾਨੂੰ ਭੋਗਣਾ ਪੈਂਦਾ ਹੈ। ਤਾਂ ਜੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਚਾਹੀਦੇ ਆ, ਖੁਸ਼ੀਆਂ ਚਾਹੀਦੀਆਂ ਨੇ, ਤਾਂ ਫਿਰ ਸਾਨੂੰ ਚੰਗੇ ਕਰਮ ਕਮਾਉਣੇ ਪੈਣਗੇ। ਹੁਣ ਇੱਥੇ ਆਪਾਂ ਕਹਿਣਾ ਕਿ ਅਸੀਂ ਤਾਂ ਬਹੁਤ ਪਾਠ ਪੂਜਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਸੇਵਾ ਕਰਦੇ ਹਾਂ, ਜਿੱਥੋਂ ਵੀ ਸਾਨੂੰ ਅਸੀਸਾਂ ਲੈਣ ਦਾ ਮੌਕਾ ਮਿਲੇ ਅਸੀਂ ਚੰਗੇ ਕੰਮ ਕਰਕੇ ਆਪਣੇ ਲਈ ਅਸੀਸਾਂ ਇਕੱਠੀਆਂ ਕਰਦੇ ਹਾਂ, ਪਰ ਫਿਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆ, ਫਿਰ ਕਿੱਥੇ ਕਮੀ ਰਹਿ ਗਈ? ਤਾਂ ਫਿਰ ਕਮੀ ਇੱਥੇ ਰਹਿੰਦੀ ਆ ਕਿ ਕਈ ਵਾਰ ਆਪਾਂ ਕੀ ਕਰਦੇ ਹਾਂ, ਸਖ਼ਤ ਕਮਾਈਆਂ ਕਰਕੇ, ਜਿਵੇਂ ਹੁਣ ਅੰਮ੍ਰਿਤ ਵੇਲੇ ਉੱਠਣਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਆ, ਹਰ ਇੱਕ ਬੰਦੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਬੜੇ ਕਰਮਾਂ ਵਾਲੇ ਭਾਗਾਂ ਵਾਲੇ ਹੁੰਦੇ ਨੇ ਉਹ ਇਨਸਾਨ ਜੋ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ, ਉੱਠ ਕੇ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਨੇ, ਭਜਨ ਬੰਦਗੀ ਕਰਦੇ ਨੇ, ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਮਾਉਂਦੇ ਨੇ। ਪਰ ਜੇਕਰ ਅਸੀਂ ਇਹ ਚੰਗੇ ਕਰਮ ਕਮਾ ਕੇ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਰੱਖ ਲਈ, ਕਿਸੇ ਦੇ ਪ੍ਰਤੀ ਮਨ ਦੇ ਵਿੱਚ ਮਾੜੀ ਸੋਚ ਰੱਖ ਲਈ, ਤਾਂ ਇਹ ਸਾਡੇ ਸਾਰੇ ਕੀਤੇ ਹੋਏ ਚੰਗੇ ਕਰਮ ਵਿਅਰਥ ਹੋ ਜਾਂਦੇ ਆ। ਫਿਰ ਸਾਨੂੰ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਨਹੀਂ ਮਿਲਦਾ, ਇਹ ਸਾਡੀ ਈਰਖਾ, ਸਾਡੀ ਮਾੜੀ ਸੋਚ, ਸਾਡੇ ਸਾਰੇ ਚੰਗੇ
ਕਰਮਾਂ ਨੂੰ ਪਾਣੀ ਵਾਂਗ ਰੋੜ ਕੇ ਲੈ ਜਾਂਦੀ ਆ। ਤਾਂ ਇਸ ਕਰਕੇ ਭੁੱਲ ਕੇ ਵੀ ਕਦੀ ਆਪਾਂ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜੀ ਸੋਚ ਨਹੀਂ ਰੱਖਣੀ, ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ। ਜਦੋਂ ਹੀ ਆਪਾਂ ਘਰੋਂ ਬਾਹਰ ਨਿਕਲਦੇ ਹਾਂ ਨਾ, ਆਪਣੇ ਆਪ ਨੂੰ ਇਹ ਗੱਲ ਸਮਝਾ ਕੇ ਤੁਰਨਾ ਹੈ ਕਿ ਮੈਂ ਘਰੋਂ ਬਾਹਰ ਜਾ ਰਿਹਾ ਹਾਂ, ਭਾਵੇਂ ਆਪਣੇ ਭਲੇ ਦੇ ਲਈ ਜਾ ਰਿਹਾ ਹਾਂ, ਆਪਣੇ ਲਈ ਕਮਾਈਆਂ ਕਰਨ ਜਾ ਰਿਹਾ ਹਾਂ, ਪਰ ਮੇਰੇ ਕਰਕੇ ਕਿਸੇ ਦਾ ਮਾੜਾ ਨਹੀਂ ਹੋਣਾ ਚਾਹੀਦਾ, ਮੇਰੇ ਕਰਕੇ ਕਿਸੇ ਦਾ ਦਿਲ ਦੁਖੀ ਨਾ ਹੋਵੇ, ਮੇਰੇ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ। ਜਦੋਂ ਇਹ ਗੱਲ ਆਪਾਂ ਆਪਣੇ ਮਨ ਦੇ ਵਿੱਚ ਰੱਖਾਂਗੇ ਤਾਂ ਫਿਰ ਕਦੇ ਵੀ ਕੋਈ ਮਾੜਾ ਕਰਮ ਅਸੀਂ ਨਹੀਂ ਕਮਾਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਦੋ ਪੰਕਤੀਆਂ ਦੇ ਰਾਹੀਂ ਗੱਲ ਸਮਝਾਈ ਆ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਇਹ ਦੋ ਪੰਕਤੀਆਂ ਸਾਨੂੰ ਸਾਫ਼ ਸਪਸ਼ਟ ਸਮਝਾ ਰਹੀਆਂ ਹੈ ਕਿ ਜਿਸ ਦਿਨ ਤੋਂ ਅਸੀਂ ਦੂਜਿਆਂ ਦਾ ਮਾੜਾ ਕਰਨਾ, ਮਾੜਾ ਸੋਚਣਾ ਬੰਦ ਕਰ ਦਿੱਤਾ, ਸਾਡੇ ਨਾਲ ਮਾੜਾ ਕਦੇ ਹੋ ਨਹੀਂ ਸਕਦਾ। ਤਾਂ ਇਹਨਾਂ ਦੋ ਪੰਕਤੀਆਂ ਨੂੰ ਸਿਰਫ ਜਪਣਾ ਨਹੀਂ ਆ, ਇਹਨਾਂ ਦੋ ਪੰਕਤੀਆਂ ਨੂੰ ਸਿਰਫ ਸਵੇਰੇ ਸ਼ਾਮ ਜਾਪ ਨਹੀਂ ਕਰਨਾ, ਇਹਨਾਂ ਨੂੰ ਕਮਾਉਣਾ ਹੈ, ਭਾਵ ਕਿ ਇਹਨਾਂ ਨੂੰ ਹਿਰਦੇ ਦੇ ਵਿੱਚ ਵਸਾਉਣਾ ਹੈ। ਖਾਸ ਕਰਕੇ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਹਾਂ ਨਾ, ਇਹ ਦੋ ਪੰਕਤੀਆਂ ਨੂੰ ਵਾਰ ਵਾਰ ਯਾਦ ਕਰਨਾ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਕੀ ਕਿਹਾ ਹੈ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਾਹੀਂ ਪਾਈ ਮੀਤ। ਕਿ ਜੇ ਮੈਂ ਕਿਸੇ ਦੇ ਬਾਰੇ ਮਾੜਾ ਸੋਚਾਂਗਾ ਨਹੀਂ, ਜੇ ਕਿਸੇ ਦਾ ਮਾੜਾ ਕਰਾਂਗਾ ਨਹੀਂ, ਤਾਂ ਮੇਰੇ ਨਾਲ ਕਦੇ ਮਾੜਾ ਨਹੀਂ ਹੋਵੇਗਾ। ਬਸ ਇੰਨੀ ਕੁ ਗੱਲ ਸਾਨੂੰ ਸਮਝ ਦੇ ਵਿੱਚ ਆ ਜਾਵੇ ਤਾਂ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਸਕਦੇ ਆ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਨਿੱਕੀ ਨਿੱਕੀ ਗੱਲ ਤੋਂ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਈਰਖਾ ਰੱਖ ਕੇ ਬੈਠ ਜਾਂਦੇ ਹਾਂ, ਅਤੇ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਅਸੀਂ ਕਿਸੇ ਦਾ ਦਿਲ ਦੁਖਾ ਬੈਠਦੇ ਹਾਂ, ਭਾਵੇਂ ਜਾਣੇ ਅਣਜਾਣੇ ਦੇ ਵਿੱਚ ਹੀ ਸਹੀ। ਸਾਡੇ ਹੱਥੋਂ ਕੁਝ ਨਾ ਕੁਝ ਤਾਂ ਮਾੜਾ ਹੁੰਦਾ ਹੀ ਹੋਵੇਗਾ ਨਾ, ਜੋ ਸਾਡੇ ਨਾਲ ਮਾੜਾ ਹੋ ਰਿਹਾ ਹੈ, ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਨੇ ਸਾਫ਼ ਸਪਸ਼ਟ ਸਮਝਾਇਆ ਕਿ ਪੁੱਤਰ ਧੀਏ, ਤੈਨੂੰ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਹੈ। ਤੇ ਫਿਰ ਜ਼ਰੂਰ ਸਾਡੇ ਤੋਂ ਕਿਤੇ ਨਾ ਕਿਤੇ ਮਾੜੇ ਬੀਜ ਬੀਜੇ ਗਏ ਨੇ, ਮਾੜੇ ਕਰਮ ਕਮਾਏ ਗਏ ਨੇ। ਤਾਂ ਕੋਸ਼ਿਸ਼ ਕਰੀਏ ਕਿ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਵੀ ਕਿਸੇ ਦਾ ਮਾੜਾ ਨਾ ਹੋਵੇ, ਸਾਡੇ ਮਨ ਵਿੱਚ ਕਿਸੇ ਦੇ ਪ੍ਰਤੀ ਮਾੜੀ ਸੋਚ ਨਾ ਆਵੇ, ਕਿਉਂਕਿ ਜਦੋਂ ਹੀ ਸਾਡੇ ਮਨ ਵਿੱਚ ਮਾੜੀ ਸੋਚ ਆਈ, ਸਮਝੋ ਸਾਡਾ ਮਾੜਾ ਹੋਣਾ ਸ਼ੁਰੂ ਹੋ ਗਿਆ। ਜਿਸ ਬੰਦੇ ਨੇ ਇਸ ਗੱਲ ਨੂੰ ਸਮਝ ਲਿਆ ਨਾ, ਉਹ ਸੁਖੀ ਹੋ ਗਿਆ। ਮਹਾਂਪੁਰਖ ਜੀ ਕਹਿੰਦੇ ਜੋ ਚੀਜ਼ ਸਾਨੂੰ ਆਪਣੇ ਲਈ ਚਾਹੀਦੀ ਹੈ ਨਾ, ਉਹ ਚੀਜ਼ ਸਾਨੂੰ ਪਹਿਲਾਂ ਛੱਡਣੀ ਪੈਂਦੀ ਆ। ਤਾਂ ਜੇ ਸੁੱਖ ਚਾਹੀਦੇ ਆ ਤਾਂ ਪਹਿਲਾਂ ਸੁੱਖ ਦੇਣੇ ਪੈਣਗੇ, ਜੇ ਖੁਸ਼ੀਆਂ ਚਾਹੀਦੀਆਂ ਨੇ ਤਾਂ ਖੁਸ਼ੀਆਂ ਵੰਡਣੀਆਂ ਪੈਣਗੀਆਂ। ਤਾਂ ਫਿਰ ਆਓ, ਜੇ ਕਿਸੇ ਨੂੰ ਸੁੱਖ ਦੇ ਨਹੀਂ ਸਕਦੇ, ਕਿਸੇ ਦਾ ਭਲਾ ਕਰ ਨਹੀਂ ਸਕਦੇ, ਤਾਂ ਘੱਟੋ ਘੱਟ ਕਿਸੇ ਦੇ ਸੁੱਖ ਦੀ, ਕਿਸੇ ਦੇ ਭਲੇ ਦੀ ਅਰਦਾਸ ਬੇਨਤੀ ਤਾਂ ਕਰ ਸਕਦੇ ਹਾਂ ਨਾ, ਕਿਸੇ ਦੇ ਲਈ ਚੰਗਾ ਚੰਗਾ ਸੋਚ ਤਾਂ ਸਕਦੇ ਹਾਂ ਨਾ। ਇੱਥੋਂ ਹੀ ਸ਼ੁਰੂਆਤ ਕਰੀਏ। ਜੇ ਕਿਸੇ ਨੂੰ ਪੈਸੇ ਦੇ ਨਾਲ ਜਾਂ ਹੋਰ ਮਦਦ ਦੇ ਰਾਹੀਂ ਅਸੀਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਤਾਂ ਕਿਸੇ ਦਾ ਦੁੱਖ ਵਡਾ ਕੇ ਤਾਂ ਉਹਦਾ ਦੁੱਖ ਘੱਟ ਕਰ ਸਕਦੇ ਹਾਂ, ਕਿਸੇ ਰੋਂਦੇ ਹੋਏ ਨੂੰ ਹਸਾ ਕੇ। ਆਓ ਵੀਰੇ, ਕੰਮ ਕਰਨਾ ਸ਼ੁਰੂ ਕਰੀਏ। ਜਿਸ ਦਿਨ ਤੋਂ ਹੀ ਸਾਨੂੰ ਇਹ ਜਾਂਚ ਆ ਗਈ ਨਾ ਵੀ ਸੁੱਖ ਦਿੱਤੇ ਆ, ਸਾਨੂੰ ਸੁੱਖ ਮਿਲਣੇ ਆ, ਖੁਸ਼ੀਆਂ ਵੰਡਿਆਂ, ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣਗੀਆਂ, ਤਾਂ ਦੇਖਣਾ ਇਹ ਸੁੱਖ ਸਾਡੇ ਪੈਰੀਂ ਆ ਕੇ ਡਿੱਗਣਗੇ, ਕਿਉਂਕਿ ਸਾਨੂੰ ਰਾਹ ਮਿਲ ਗਿਆ। ਫਿਰ ਅਸੀਂ ਸੁੱਖ ਵੰਡਾਂਗੇ, ਸੁੱਖ ਸਾਨੂੰ ਮਿਲਣਗੇ, ਖੁਸ਼ੀਆਂ ਵੰਡਾਂਗੇ ਤਾਂ ਖੁਸ਼ੀਆਂ ਆਪਣੇ ਆਪ ਸਾਡਾ ਬੂਹਾ ਮੱਲ ਲੈਣਗੀਆਂ। ਤਾਂ ਫਿਰ ਆਓ, ਅੱਜ ਤੋਂ ਹੀ ਇਹ ਕੰਮ ਕਰੀਏ।
ਚੰਗੇ ਕਰਮ ਕਮਾਉਣੇ ਸ਼ੁਰੂ ਕਰੀਏ। ਭੁੱਲ ਕੇ ਵੀ ਕਦੀ ਕਿਸੇ ਦੇ ਲਈ ਨਾ ਮਾੜਾ ਸੋਚਣਾ, ਨਾ ਕਦੀ ਕਿਸੇ ਦੇ ਲਈ ਮਾੜਾ ਕਰਨਾ, ਕਿਉਂਕਿ ਮਾੜਾ ਸੋਚਣ ਵਾਲੇ ਦੇ, ਮਾੜਾ ਕਰਨ ਵਾਲੇ ਦੇ ਸਾਰੇ ਚੰਗੇ ਕਰਮ ਪਾਣੀ ਵਾਂਗ ਰੁੜ ਜਾਂਦੇ ਨੇ। ਉਹ ਜਿੰਨੀ ਮਰਜ਼ੀ ਪਾਠ ਪੂਜਾ ਕਰ ਲਵੇ, ਦਾਨ ਪੁੰਨ ਕਰ ਲਵੇ, ਸੇਵਾ ਕਰ ਲਏ, ਉਹਦਾ ਵਿਅਰਥ ਹੋ ਜਾਂਦਾ ਹੈ। ਤਾਂ ਇਹਨਾਂ ਗੱਲਾਂ ਨੂੰ ਆਪਾਂ ਸਮਝਣਾ ਹੈ। ਇੱਕ ਵਾਰ ਫਿਰ ਤੋਂ ਯਾਦ ਕਰਵਾ ਦਈਏ ਕਿ ਇਹ ਦੋ ਪੰਕਤੀਆਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਆ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਾਹੀਂ ਪਾਈ। ਇਹਨਾਂ ਦੋ ਪੰਕਤੀਆਂ ਨੂੰ ਆਪਾਂ ਸਵੇਰੇ ਸ਼ਾਮ ਇਸ ਕਰਕੇ ਬੋਲਣਾ ਹੈ ਤਾਂ ਜੋ ਇਹ ਸਾਡੇ ਹਿਰਦੇ ਵਿੱਚ ਵੱਸ ਜਾਣ, ਸਾਨੂੰ ਇਹਨਾਂ ਦੀ ਸਮਝ ਆ ਜਾਵੇ। ਇਹ ਨਹੀਂ ਵੀ ਸਿਰਫ ਆਪਾਂ ਇਹ ਪੰਕਤੀਆਂ ਬੋਲਦੇ ਰਹਿਣਾ ਹੈ, ਬੋਲਣੀਆਂ ਵੀ ਆ ਅਤੇ ਮੰਨਣੀਆਂ ਵੀ ਆ। ਇਸੇ ਕਰਕੇ ਤਾਂ ਆਪਾਂ ਬੋਲਣਾ ਹੈ ਤਾਂ ਜੋ ਇਹ ਪੰਕਤੀਆਂ ਸਾਡੇ ਹਿਰਦੇ ਵਿੱਚ ਵੱਸ ਜਾਣ, ਸਾਨੂੰ ਹਰ ਵੇਲੇ ਯਾਦ ਰਹਿਣ। ਜਦੋਂ ਇਹ ਪੰਕਤੀਆਂ ਯਾਦ ਰਹਿਣਗੀਆਂ ਤਾਂ ਭੁੱਲ ਕੇ ਵੀ ਸਾਡੇ ਤੋਂ ਗਲਤੀ ਨਹੀਂ ਹੋਵੇਗੀ।